ਉਹ ਮੈਂ ਕਿਹਾ ਅਮਲੀਆ ਓਏ ਆਦੀ ਕੀ ਬੋਤਲ ਲਈ ਫਿਰਦਾ ਹੈ ਕਿ ਮਾਲ ਹੋਰ ਵੀ ਹੈਗਾ। ਮੈਂ ਕਿਹਾ ਕਹਾਣੀ ਗਈ ਨਹੀਂ ਜਿੰਨੇ ਮਰਜ਼ੀ ਪੀ ਲੈ ਉਹ ਛੱਤੀ ਚੱਕ ਬਰਾਤ ਬੂਹੇ ਤੇ ਆ ਗਈ ਹੈ ਤੇ ਹੁਣ ਕੁਝ ਮਿਲਣੀ ਛਿਲਣੀ ਦਾ ਪ੍ਰਬੰਧ ਕਰੋ ਮਾਵਾਂ ਖਾ ਕੇ। ਚਲੋ ਹੁਣ ਚਾਹ ਪਾਣੀ ਛਕੋ ਚੱਲ ਕੇ ਮਾਵਾਂ ਖਾਕ ਤੇ ਲਓ ਹੁਣ ਕੋਠੇ ਤੇ ਬੈਠੀਆਂ ਜਨਾਨੀਆਂ ਨੇ ਸਿੱਠਣੀਆਂ ਦੇ ਤੀਰ ਵੀ ਛੱਡਣੇ ਸ਼ੁਰੂ ਕਰ ਦਿੱਤੇ। ਵੇ ਜੇ ਸਾਡੀ ਕੁੜੀ ਕੋਲੋਂ ਕਿਉਂ ਡੁੱਲ ਜਾਏ, ਵੇ ਜੇ ਸਾਡੀ ਕੁੜੀ ਕੋਲੋਂ ਕਿਉਂ ਡੁੱਲ ਜਾਏ, ਵੇ ਤੁਸਾਂ ਪਾਣੀ ਕਰਕੇ ਜਾਨਣਾ ਵੇ ਹਰਾਮ ਦਿਓ। ਮੈਂ ਕਿਹਾ ਮੁਕਤਾਲ ਹੁਣ ਦੂਜਾ ਪਾਚਾ ਕਰ। ਜੇ ਸਾਡੀ ਕੁੜੀ ਕੋਲੋਂ ਖੰਡ ਡੁੱਲ ਜਾਏ, ਜੇ ਸਾਡੀ ਕੁੜੀ ਕੋਲੋਂ ਖੰਡ ਡੁੱਲ ਜਾਏ, ਵੇ ਤੁਸਾਂ ਮਿੱਟੀ ਕਰਕੇ ਜਾਨਣਾ ਵੇ ਨਖੱਤਿਆਂ ਦੇ। ਮੈਂ ਕਿਹਾ ਮੁਕਤਾਲ ਮੈਨੂੰ ਨਾ ਇਹ ਕੁੜੀ ਦੀਆਂ ਅੱਖਾਂ ਚ ਗੜਬੜ ਲੱਗਦੀ ਹੂ, ਓਏ ਕਦੇ ਖੰਡ ਡੋਲਦੀ ਏ ਤੇ ਕਦੇ ਘਿਓ ਡੋਲਦੀ ਏ, ਸ਼ੌਰੀ ਅੰਨੀ ਨਾ ਹੋਏ ਤਾਂ। ਓਏ ਚੁੱਪ ਕਰ, ਇਹੋ ਜੇ ਵੇਲਿਆਂ ਦੇ ਉੱਤੇ ਜਨਾਨੀਆਂ ਮਜ਼ਾਕ ਕਰਦੀਆਂ ਹੀ ਹੁੰਦੀਆਂ ਨੇ। ਫਿਰ ਮੇਰੇ ਯਾਰ ਰੁਲਦੂ ਨੂੰ ਪਲੰਗ ਤੇ ਬੈਠਣ ਲਈ ਸੱਦਾ ਆ ਗਿਆ। ਪਲੰਗ ਤੇ ਬੈਠਾ ਮੇਰਾ ਯਾਰ ਰੁਲਦੂ ਸਾਲੀਆਂ ਦੇ ਵਿੱਚ ਕਿਰਿਆ ਇੰਜ ਲੱਗਦਾ ਹੈ ਜਿਵੇਂ ਗੋਪੀਆਂ ਵਿੱਚ ਕਾਨ ਬੈਠਾ ਹੁੰਦਾ। ਜੀਜਾ ਛੰਦ ਸੁਣਾ, ਵੇ ਜੀਜਾ ਛੰਦ ਤੇ ਸੁਣਾ। ਆ ਲੋ, ਜਿਹਨੂੰ ਕਦੀ ਕਿਸੇ ਕੁੜੀ ਨੇ ਢੇਮ ਨਹੀਂ ਨਾ ਮਾਰੇ, ਅੱਜ ਕੁੜੀਆਂ ਵਿੱਚ ਬੈਠਾ ਮੇਰਾ ਯਾਰ ਰੁਲਦੂ ਕਿਵੇਂ ਮਿੰਨਾ ਮਿੰਨਾ ਮੁਸਕਰਾ ਰਿਹਾ ਹੈ। ਉਹ ਮੈਂ ਕਿਹਾ ਸੁਣਾ ਦੇ ਛੰਦ, ਇਹ ਸਾਲੀਆਂ ਨੇ ਕਿਹੜਾ ਰੋਜ਼ ਰੋਜ਼ ਕਹਿਣਾ। ਸੁਣਾ ਦਿਆ ਫਿਰ, ਸੁਣਾ ਦੇ ਤੇ ਚੱਲੀ ਕਰਾ ਦੇ। ਅੱਜਾ ਵੇ ਕਹਿ ਦਿਆ, ਬੋਲ ਇੱਕੋ ਛੰਦ ਨਾਲ ਲਮਕ ਕੇ ਆਏ। ਮੈਂ ਨੀ ਚਲਾਣਾ, ਮੈਨੂੰ ਚਰਮ ਆਉਂਦੀ ਆ। ਫੇ ਸੁਣਾ ਸ਼ਰਮ ਕਾਹਦੀ। ਉਹ ਸੁਣਾ ਦੇ ਸੁਣਾ ਦੇ, ਇਹਨਾਂ ਕਿਹੜਾ ਰੋਜ਼ ਕਹਿਣਾ। ਅੱਜਾ ਆਹੋ ਚੰਗਾ ਵੇ, ਉਹ ਛੱਦ ਬੁਲਾ ਕੇ ਆਈਏ ਜਾਈਏ, ਛੱਦ ਬੁਲਾ ਕੇ ਆਈਏ ਜਾਈਏ, ਉਹ ਛੱਦ ਬੁਲਾ ਕੇ ਜੇ ਕੇ ਆਈਏ ਜੀ ਕੇ ਨਾ ਆਈਏ, ਤੁਹਾਡੇ ਬਾਪੂ ਦਾ ਨੌਕਰ ਲੱਗਾ ਹੋਇਆ। ਤੇ ਹੁਣ ਮੇਰਾ ਯਾਰ ਰੁਲਦੋ ਆਪਣੀ ਪਿਆਰੀ ਪਿਆਰੀ ਵਹੁਟੀ ਦਾ ਡੋਲਾ ਲੈ ਕੇ ਤੁਰਨ ਲੱਗਾ ਤਾਂ ਵੱਡਾ ਸਾਲਾ ਆ ਕੇ ਕਹਿਣ ਲੱਗਾ, ਜੀਜਾ ਜੀ ਸਾਡੀ ਭੈਣ ਬੜੀ ਭੋਲੀ ਆ, ਇਹਦਾ ਖਿਆਲ ਰੱਖਿਓ ਜੇ। ਚੰਗਾ ਰੱਖੂੰਗਾ। ਤੇ ਹੁਣ ਦੂਜਾ ਵੀ ਸਾਲਾ ਆ ਗਿਆ। ਮੈਂ ਕਿਹਾ ਜੀਜਾ ਜੀ ਸਾਡੀ ਭੈਣ ਬੜੀ ਲਾਡਾ ਨਾਲ ਪਾਲੀ ਆ, ਇਹਨੂੰ ਕੋਈ ਵੇਖਿਓ ਤਕਲੀਫ ਨਾ ਹੋਵੇ। ਨਹੀਂ ਆਉਂਦੀ। ਤੀਜਾ ਵੀ ਸਾਲਾ ਆ ਗਿਆ। ਜੀਜਾ ਜੀ ਸਾਡੇ ਭੈਣ ਨੂੰ ਤੰਗ ਨਾ
ਤੇਰੀ ਤੇ ਬਹੁਤੀ ਲੱਗਦੀ ਆ, ਤੂੰ ਨਾ ਰੋ। ਅੱਛਾ ਫਿਰ ਮੈਂ ਨਾ ਰੋਵਾਂ? ਨਾ ਰੋ। ਚੰਗਾ ਫਿਰ।